ਅਸਲਾਮੁਅਲੈਕਮ ਨਾਜ਼ਰੀਨ ਨਾਜ਼ਰੀਨ ਪਿਛਲੇ ਦਿਨੀ ਜਿਸ ਤਰ੍ਹਾਂ ਇਤਫਾਕ ਹੋਇਆ ਕਿ ਇੱਕ ਐਨਜੀਓ ਸੀ ਉਸ ਨਾਲ ਚਰੋਈ ਜਾਣੇ ਦਾ ਇਤਫਾਕ ਹੋਇਆ ਚੜੋਈ ਨਾ ਇੱਕ ਇਲਾਕਾ ਆ ਆਜ਼ਾਦ ਕਸ਼ਮੀਰ ਜ਼ਿਲ੍ਹਾ ਕੋਟਲੀ ਦਾ ਹੈ ਉਸ ਇੰਦੇਸੀਲੇ ਚੜ੍ਹੋਈ ਚੜ੍ਹੋਈ ਨੂੰ ਇੱਕ ਲਾਕ ਆਇਆ ਦਿਮਾਗ ਸੇ ਉੱਥੇ ਜਾਣ ਨੇ ਇਤਫਾਕ ਹੋਇਆ ਕਿ ਕਿ ਜੀਓ ਨਾਲ ਜਿਹੜਾ ਨ ਕੋਈ ਫੂਡ ਪੈਕੇਜ ਤਕਸੀਮ ਕਰਨੇ ਸੰਤ ਹੈ ਮਾੜਾ ਵੀ ਇਤਫਾਕ ਹੋਇਆ ਉਹਨਾਂ ਨਾਲ ਜਾਣੇ ਨਾ ਤਾਂ ਉੱਥੇ ਜਿਲ੍ਹਾ ਸਾਂ ਐਕਟੀਵਿਟੀ ਕਰੀ ਰਿਹਾ ਤਾਂ ਉਸ ਤੋਂ ਬਾਅਦ ਇੱਕ ਬੰਦੇ ਕੋਲ ਮੈਂ ਪੁੱਛਿਆ ਕਿ ਮੈਂ ਜੀ ਤੁਹਾਨੂੰ ਕੋਈ ਦੱਸ ਸਕਦੇ ਹੋ ਕਿ ਇੱਥੇ ਕੋਈ ਯੂਨੀਕ ਜੀ ਚੀਜ਼ ਹੋਵੇ ਜਿਸ ਨੇ ਅਸਾਂ ਉਰਦੂ ਚ ਕੋਈ ਡਾਕੂਮੈਂਟਰੀ ਬਣਾਇਆ ਹੋ ਤਾਂ ਉਹਨਾਂ ਨੇ ਵੀ ਦੱਸਿਆ ਕਿ ਜਿਹੜਾ ਪਰੀਆਂ ਨ ਘਾਰ ਇੱਥੇ ਇੱਕ ਜਗ੍ਹਾ ਹੀ ਹੈ ਪਰੀਆਂ ਨ ਘਾਰ ਉਸ ਹੀ ਆਖਨੇ ਤਾਂ ਉਹ ਤੋਂ ਉੱਥੇ ਜਿਹੜਾ ਜਾਈ ਤਾਂ ਉਸ ਹੀ बनाई सकने हो तो खैर मैं फिर गया जल्द प्रोग्राम खत्म हो उस बाद बद उत लोहड़ी लौड़ी लोहड़ी कहीं ज एक बंद को पुछा कि कड़ी जगह है जी ओ है जी नहीं तुम इधर बैठी हो पीछे जाओ वापस ले पिछले मुड़ी जाओ नहीं हाँ जी उधर जाओ उधर है जगह खैर धुप्प भी सी काफ़ी तो फिर थकी गए फिर मैं सोच छोड़ो वापस जो घर इतने कौन वो त्रे भी लगी नहीं सी मैं टाइम जाया करे फिर इस तरह होया कि अचानक वापस मुड़ी इसने से मैं छोड़ो नहीं ਬਾਦੀ ਕੋਰੇ ਤਕੀਕੀਨ ਸੋ ਅਸ਼ੇ ਦੇ ਮੋਟਰਸਾਈਕਲ ਵਾਲੇ ਕੋਈ ਮੁੰਡੇ ਜਾਣੇ ਸਨ ਤਾਂ ਉਹਨੇ ਖਿਲਾਇਆ ਮੈਂ ਇਹ ਗੱਲ ਸੁਣੋ ਪਰੀਆਂ ਵਾਲ ਘਾਰ ਕੋਈ ਇਥੇ ਮਸ਼ਹੂਰ ਜਗ੍ਹਾ ਹੀ ਹੈ ਤਾਂ ਉੱਕੜੇ ਪਾਸੇ ਆ ਉਹ ਅਸੀਂ ਤੱਕਣਾ ਚਾਹਨੇ ਆ ਉਹ ਆਖ ਲਗੇ ਜੀ ਉਹ ਪਿੱਛੇ ਮੁੜੀ ਜੁਲੋਸਾ ਨਾਲ ਜੁਰਾ ਅਸੀਂ ਗਾਈਡ ਕਰ ਰਹੇ ਆ ਖੈ ਫਿਰ ਪਿੱਛੇ ਮੁੜ ਗਏ ਤਰੀ ਕੋ ਚੌਥੀ ਫਰਾਟੀ ਹੈ ਨਾ ਤੇ ਫਿਰ ਉਥੋਂ ਉਹਨਾ ਇੱਕ ਲਿੰਕ ਜੀ ਰੋਡ ਹੀ ਉਸ ਪਰ ਅਸੀਂ ਆਖਿਆ ਇਧਰ ਜਾਓ ਤਾਂ ਅਸੀਂ ਗਏ ਅੱਗੇ ਤਾਂ ਅੱਗੇ ਜਿੱਥੇ ਮੈਂ ਗਿਆ ਤਾਂ ਅੱਗੇ ਉਹ ਹੈ ਜੀ ਇੱਕ ਜੋ ਗੈ ਸੜਕ ਖਰਾਬ ਚੜਾਈ ਤਸੋਲਿੰਗੇ ਨਹੀਂ ਅਸ ਸੋਲਿੰਗੇ ਨਹੀਂ ਉੱਥੇ ਫਿਰ ਮੋਟਰਸਾਈਕਲ ਕੇ ਸਾਥ ਚਲਾਉਂ ਜੀ ਮੋਟਰਸਾਈਕਲ ਸੇ ਸਾਰਾ ਪੁੱਲਾ ਮੈਂ ਫਿਰ ਮੋਟਰਸਾਈਕਲ ਉੱਥੇ ਖਲਾਇਆ ਤਾਂ ਮੈਂ ਪੈਦਲ ਜੁਲਨੇ ਵਾਲਾ ਤੱਕ ਥੋੜੇ ਜਿਹੀ ਕਾਫੀ ਦੇਰ ਪੈਦਲ ਗਏ ਆ ਗਏ ਮੋੜੇ ਕੀ ਜੇ ਬੈਠੇ ਤਾਂ ਨਾ ਕੋਈ ਪਤਾ ਚੱਲਾ ਕੋਈ ਬੰਦਾ ਵੀ ਨਾ ਉਸਲਾ ਕੋਈ ਗੱਡੀ ਮੋਟਰਸਾਈਕਲ ਵੀ ਉੱਥੇ ਨਾ ਕਿ ਜਿਸ ਕੋਲ ਪੁੱਛੀ ਸਕਾਂ ਫਿਰ ਦਿਲ ਕੀਤਾ ਕਿ ਹੁਣ ਜੁਲਿਆ ਵਾਪਸ ਵਾਪਸ ਜੁਲਨੇ ਆ ਖੈਰ ਅਚਾਨਕ ਇਸ ਤਰ੍ਹਾਂ ਹੋਇਆ ਕਿ ਇੱਕ ਮੋਟਰਸਾਈਕਲ ਆਇਆ ਠੀਕ ਪਿੱਛੋਂ ਕੋਈ ਬੰਦਾ ਉਹ ਬੰਦੇ ਨੂੰ ਖਲਾਇਆ ਮੈਂ ਪੁੱਛਿਆ ਜੀ ਕੂਥਾ ਹੈ ਜੀ ਉਹ ਪਰਿਆਂ ਨ ਘਾਰ ਜਿਹੜਾ ਗਿਆ ਨੇ ਅਗਲਾ ਇੱਥੋਂ ਐ ਤੁਰ ਅੰਦਰ ਜਾਓ ਤਾਂ ਜੰਗਲਾਂ ਦੇ ਵਿੱਚ ਹੈ ਬੂਟਿਆਂ ਵਿੱਚ ਅੰਦਰ ਥੋੜਾ ਜਿਹਾ ਬਸ 5 ਮਿੰਟਸ ਅੰਦਰ ਟੁਰਸੋ ਫਿਰ ਤੁਸੀਂ ਤਾਂ ਗਏ ਹਾਂ ਤਾਂ ਜੀ ਵਾਕਈ ਅਸਾਂ ਹੈਰਾਨ ਰਹੇ ਹਾਂ ਕਿ ਉਹ ਜਿਹੜਾ ਹੈ ਨਾ ਉੱਥੇ ਇੱਕ ਪੱਥਰ ਆ ਬਹੁਤ ਬੜੀ ਪਹਾੜੀ ਹੈ ਉਹ ਪਹਾੜੀ ਦੇ ਅੰਦਰ ਜਿਹੜਾ ਨਾ ਮਕਾਨ ਬੰਤੇ ਹੋਏ ਬਹੁਤ ਮਕਾਨ ਬੰਤੇ ਹੋਏ ਹੁੰਦਾ ਹੈ ਇਹ ਵਲਾਗ ਵੀ ਜਿਹੜਾ ਹੈ ਨਾ ਅਸਾਂ ਆਪਣੇ ਉਰਦੂਆ ਉਰਦੂ ਚੈਨਲ 'ਤੇ ਉਸਪਰ ਅਸਾਂ ਅਪਲੋਡ ਕੀਤਾ ਵਾ ਤੇ ਜੇਕਰ ਇਸ ਵਲਾਗ ਤੱਕ ਰਹਿਣਾ ਚਾਹ ਰਹੇ ਹੋ ਬਕਾਇਦਾ ਤੌਰ ਪਰ ਤਾਂ ਤੁਸਾਂ ਜਿਹੜਾ ਹੈ ਨਾ ਇਸਰ ਲਿੰਕ ਵੀ ਮੈਂ ਦੇਈ ਹਾਂ ਉਸਾਂ ਇਸ ਵੀਡੀਓ ਨੇ ਇਸ ਥਰਡ ਡਿਸਕ੍ਰਿਪਸ਼ਨ ਵਿੱਚ ਲੇਕਿਨ ਤੁਸਾਂ ਅਗਰ ਸਾਡੇ ਚੈਨਲ 'ਤੇ ਜਾਣਾ ਚਾਹ ਰਹੇ ਹੋ ਤਾਂ ए एम ਡਬਲਯੂ ਡਬਲਯੂ ਟੀਵੀ ਇਹ ਸਰਚ ਕਰਸੋ ਨਾ ਤੇ ਸੜਾ ਉਹ ਚੈਨਲ ਆ ਜਾਸੀ ਤਾਂ ਉਸਪਰ ਵੀ ਬਹੁਤ ساری ਵੀਡੀਓ ਅਪਲੋਡੀਆਂ ਉਹ ਤੱਕੋ ਤੇ ਇਹ ਵਲਾਗ ਵੀ ਲੋੜੀਦਾ ਤਾਂ ਕਿ ਸਕਨੇ ਉਹਦਾ ਮੈਂ ਲਿੰਕ ਵੀ ਦੇਈ ਹਾਂ ਉਸਾਂ ਜਿਹੜਾ ਲਿੰਕ ਕਲਿੱਕ ਕਰੀ ਤਾਂ ਉਸ ਡਾਇਰੈਕਟ ਉਸ ਵੀਡੀਓ ਵੀ ਤੱਕੀ ਸਕਨੇ ਹੋ ਤਾਂ ਮੈਂ ਉਮੀਦ ਕਰਨਾ ਹੈ ਕਿ ਅੱਜ ਜਿਹੜੀ ਇਹ ਸਾਡੀ ਪਹਾੜੀ ਗੁਫਤਗੂ ਤੁਸੀਂ ਪਸੰਦ ਆਈ ਹੋ ਸੀ ਅਗਲੀ ਵੀਡੀਓ 'ਚ ਕੋਈ ਹੋਰ ਕਿਸੇ ਮੌਜੂ ਪਰ ਗੱਲ ਕਰਬਾਤ ਕਰਸਾਂ ਤੇ ਮੈਂ ਇਜਾਜ਼ਤ ਦਿਓ ਮੈਂ ਅਲਤਾਫ ਮਲਿਕ ਤੇ ਸਾਰੇ ਚੈਨਲ ਹੀ ਸੀ ਸਬਸਕ੍ਰਾਈਬ ਕਰੀ ਉੜੋ ਤਾਂ ਕਿ ਸੁਣੀਏ ਸੁਣੀਏ ਤਾਂ ਚੰਗੀਆਂ ਚੰਗੀਆਂ ਵੀਡੀਓ ਤੁਸੀਂ ਲੱਭਣੀਆਂ ਰਹਿਣ ਮੈਂ ਅਲਤਾਫ ਮਲਿਕ ਤਾਂ ਤੁਸੀਂ ਤੱਕਨੇ ਪਿਓ ਸਾਲਾ ਪਹਾੜੀ ਚੈਨਲ